मैं एक ਤਾਂ ਐਮਐਲਏ ਦੀ ਇੰਟਰੈਕਸ਼ਨ ਮੀਟਿੰਗ ਬੁਲਾਈ ਸੀ ਜਿਹਦੇ ਚ ਉਹਨਾਂ ਨੇ ਪੂਰੇ ਪੰਜਾਬ ਦੇ ਲਈ ਆਪਾਂ ਹੋਰ ਬਿਹਤਰ ਕੰਮ ਕੀ ਕਰ ਸਕਦੇ ਹਾਂ ਤੇ ਕੀ ਅਫਸਰਸ਼ਾਹੀ ਨੂੰ ਲੋਕ ਜਿਹੜੇ ਲੋਕ ਖੇਤੀ ਮੁੱਦੇ ਜੋ ਲੋਕ ਪੱਖੀ ਕੰਮ ਕਰਨ ਲੱਗੇ ਆ ਜਾਂ ਨਹੀਂ ਲੋਕ ਖੁਸ਼ ਹੋਏ ਆ ਕਿ ਨਹੀਂ ਐਮਐਲਏ ਦਾ ਖੁਸ਼ ਹੋਣਾ ਕੋਈ ਜ਼ਰੂਰੀ ਨਹੀਂ ਪਰ ਲੋਕ ਖੁਸ਼ ਹੋਣੇ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਾਰੇ ਮੁੱਦਿਆਂ ਤੇ ਅੱਜ ਬਹਿਸ ਹੋਈ ਤੇ ਨਾਲ ਉਹਨਾਂ ਨੇ ਦੱਸਿਆ ਵੀ ਦੱਸੋ ਪੰਜਾਬ ਦੇ ਹਿੱਤਾਂ ਲਈ ਕਿਹੜਾ ਕਿਹੜਾ ਕੰਮ ਆਪਾਂ ਪਹਿਲਾਂ ਕਰੀਏ ਤੇ ਵਿੱਤ ਮੰਤਰੀ ਸਾਹਿਬ ਨੇ ਭਰੋਸਾ ਦਵਾਇਆ ਵੀ ਅਸੀਂ ਜਲਦੀ ਤੋਂ ਜਲਦੀ ਇੱਥੇ ਕੰਮ ਕਰਾਂਗੇ ਕਿਹੜੇ ਕਿਹੜੇ ਮੁੱਦੇ ਸੀ ਜਿਹੜੇ ਅੱਜ ਰੱਖੇ ਕੇ ਆਏ ਹੋ ਤੁਸੀਂ ਕਿ ਆਹ ਕੰਮ ਪਹਿਲਾਂ ਕਰ ਦੋ ਦੇਖੋ ਜੀ ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈ ਸਾਡੀ ਜਿਹੜੀ ਇਹਨਾਂ ਨੇ 1x ਐਮਐਲਏ 1 ਪੈਨਸ਼ਨ ਕੀਤੀ ਉਹ ਬੜਾ ਗ੍ਰੇਟ ਮੁੱਦਾ ਨੌਕਰੀਆਂ ਅਕਸਰ 4.5 ਸਾਲ ਤੋਂ ਬਾਅਦ ਨਿਕਲਦੀਆਂ ਇਹਨਾਂ ਨੇ ਪਹਿਲਾਂ ਹੀ ਕੱਢਤੀ ਜਿਹੜਾ ਇਹਨਾਂ ਨੇ 1500 ਰੁਪਏ ਪਰ ਹੈਕਟੇਅਰ ਦੇਣ ਦਾ ਫੈਸਲਾ ਕੀਤਾ ਵੀ ਸਿੱਧੀ ਬਿਜਾਈ ਕਰੋ ਪਾਣੀ ਦਾ ਲੈਵਲ ਵਧਾਓ ਆਪਣਾ ਉਹ ਬੜਾ ਵਧੀਆ ਮੁੱਦਾ ਇਹ ਸਾਰੇ ਮੁੱਦਿਆਂ ਤੇ ਮੁੱਖ ਮੰਤਰੀ ਸਾਹਿਬ ਦੇ ਹੋਰ 4-5 ਪ੍ਰਪੋਜ਼ਲ ਸੀ ਜਿਹੜੇ ਸਮੇਂ ਤੇ ਆਉਣ ਦੇ ਤੁਹਾਨੂੰ ਦੱਸ ਦਿੱਤੇ ਜਾਣਗੇ ਤੇ ਉਹਨਾਂ ਤੇ ਗੱਲ ਹੋਏਗੀ ਪਰ ਬਿਜਲੀ ਦੀ ਬਹੁਤ ਸਮੱਸਿਆ ਆ ਰਹੀ ਹੈ ਪਿੰਡਾਂ ਦੇ ਵਿੱਚ ਉਹਦੇ ਬਾਰੇ ਕੋਈ ਗੱਲਬਾਤ ਹੋਈ ਹੈ ਥੋੜੇ ਜਿਹੇ ਦਿਨਾਂ ਤੱਕ ਇਹ ਵੈਸੇ ਤਾਂ ਇਸ ਸੀਜ਼ਨ ਦੇ ਵਿੱਚ ਬਿਜਲੀ ਦੀ ਸਮੱਸਿਆ ਆਉਣ ਦੇ ਕਾਰਨ ਇਹ ਵੀ ਹੈ ਕਿ ਸੈਂਟਰ ਸੋੜਾ ਕੋਲੇ ਦਾ ਪੂਲ ਨੂੰ ਟਾਈਟ ਕਰ ਦਿੰਦਾ ਪਰ ਥੋੜੇ ਜਿਹੇ ਦਿਨਾਂ ਦੇ ਵਿੱਚ ਇਹ ਸਮੱਸਿਆ ਦਾ ਹੱਲ ਹੋਏਗਾ।